हाँ जी, तो सत श्रीकाल सर, मैं सिडान टाइम राजू सिंह। आज का मेरा डे 10 ऑफ 10 डेज चैलेंज, मतलब आज मेरा फाइनल डे है 10 डेज चैलेंज का। सुबह उठ के मैं आपका नॉर्मल रूटीन किया, जिमें कि मैं हर वीडियो करता हाँ। तो जिन्ना जे जो भी अपने सबसक्राइबर मेरा चैनल देखते हैं, कई मैं यानी पुछते हैं भी तुम डेली रूटीन हैल्दी रखा वा, पर कोई हैल्दी तो है नहीं गा। उन्होंने मैं कहना चाहना वा प्लीज़, मैं एक हैल्दी मॉर्निंग बॉय बनना चाहता सीगा। मतलब मेरी 10 डेज की अचीवमेंट ये सी, मैं बिना चाह पीते सवेरे जल्दी उठ सका, तो हम अज मैं उही किया वा। अज मेरा डे 10 था, तो अज मैं बिना चाह पीते सिर्फ सिंपल वाटर पी के सुबह उठ पिया सीगा। तो यही मेरी गल सी। तो इतने असं देख सकते चौको रस्सी ना किवें खेड रहा वा। अज सीगा मेरा मेगा ओलंपिया कॉम्बैट वाला पेपर। अज मैं सुबह 4 o'clock उठ पिया सीगा, तो असं उतो 4:10 ते वापस आ गए सीगे। तो फिर मैं लाए अज दे गेड़े, तो फिर मैं जिपलाई तो मैं शुरू किए। जिमें कि सू सार पता वा भी मैं जो भी आपदे हम चैनल दे, जिमें कि हमने डेली ब्लॉग्स वाला चैलेंज सीगा, आई हम मेरे रेगुलर ब्लॉग आया करे। जे सू लगता वा भी मेरे ब्लॉग वर्थिट आ, तो प्लीज़ आपदे अगे दोस्तों ना अगे शेयर प्लीज़ जरूर करो। तो जो भी ਸਾਡੇ ਘਰ ਰਹਿੰਦੇ ਆ, ਮਤਲਬ ਕੋਈ ਵੀ ਜਿਨ੍ਹਾਂ ਨੂੰ ਨਹੀਂ ਸਬਸਕ੍ਰਾਈਬ ਕਰਨਾ ਆਉਂਦਾ, ਪਲੀਜ਼ ਦੱਸਿਆ ਕਰੋ ਵੀ ਸਬਸਕ੍ਰਾਈਬ ਕਿਵੇਂ ਕਰੀਦਾ ਹੁੰਦਾ ਵਾ। ਮੈਂ ਹਜੇ ਵੀ ਦੇਖਿਆ ਵੀ 38% ਲੋਕ ਹਜੇ ਵੀ ਅਨਸਬਸਕ੍ਰਾਈਬ ਆ, ਜਿਹੜੀ ਕਿ ਆਪਣੀ ਵੀਡੀਓਜ਼ ਦੇਖਦੇ ਆ। ਫਿਰ ਮੈਂ ਆਪਦੀ ਥੋੜ੍ਹੀ ਓਲੰਪੀਆਡ ਦੀ ਥੋੜ੍ਹੀ ਤਿਆਰੀ ਕਰ ਰਿਹਾ ਸੀਗਾ, ਜਿਵੇਂ ਤੁਸੀਂ ਦੇਖ ਸਕਦੇ ਹੋ। ਮੈਨੂੰ ਕੁਛ ਡਾਊਟ ਸੀਗੇ ਜਿਹੜੇ ਮੈਂ ਕਲੀਅਰ ਕੀਤੇ। ਮੈਨੂੰ ਕੁਛ ਜਿਵੇਂ ਫਾਰਮੂਲਾਸ ਹੁੰਦੇ ਆ, ਉਹ ਜਿਵੇਂ ਏਰੀਆ ਆਫ ਸਰਕਲ ਅਤੇ ਪੈਰਾਮੀਟਰ ਆਫ ਸਰਕਲ, ਇਹਦੇ ਫਾਰਮੂਲਾ ਜਿਵੇਂ ਪਾਈ ਆਰ ਸਕੁਆਰ ਅਤੇ 2πr, ਇਹਦੇ 'ਚ ਮੈਨੂੰ ਥੋੜ੍ਹੀ ਕਨਫਿਊਜ਼ਨ ਸੀਗੀ, ਉਹ ਮੈਂ ਆਪਣੇ ਮੰਮਾ ਤੋਂ ਕਲੀਅਰ ਕੀਤੀ। ਦੇਖ ਸਕਦੇ ਹੋ ਤੁਸੀਂ। ਅਤੇ ਜਿਵੇਂ ਕਿ ਤੁਹਾਨੂੰ ਪਤਾ ਵਾ ਵੀ ਮੈਂ ਇਸ ਵਾਰ ਮੈਨੂੰ ਲੱਗਿਆ ਸੀਗਾ ਵੀ ਮੈਂ ਕਾਫੀ ਵਧੀਆ ਤਿਆਰੀ ਕਰੂੰਗਾ, ਅਤੇ ਜਲਦੀ ਤੋਂ ਹੀ ਸਾਰਾ ਪੇਪਰ ਦੇ ਕੇ ਸਾਰਾ ਕੰਮ ਕਰ ਲੂੰਗਾ, ਅਤੇ ਮੇਰਾ ਪੇਪਰ 'ਚ ਕਾਫੀ ਵਧੀਆ ਨੰਬਰ ਆਉਣਗੇ। ਪਰ ਮੈਨੂੰ ਐਂ ਨਹੀਂ ਲੱਗਦਾ, ਕਿਉਂਕਿ ਮੈਂ ਬਹੁਤ ਹੀ ਘੱਟ ਤਿਆਰੀ ਕੀਤੀ ਆ। ਜਿੰਨੀ ਮੈਨੂੰ ਕਰਨੀ ਚਾਹੀਦੀ ਸੀ ਉੱਥੋਂ ਤਾਂ ਬਹੁਤ ਘੱਟ ਕੀਤੀ ਆ, ਜਿੰਨੀ ਦੀ ਮੈਂ ਪਲੈਨਿੰਗ ਕੀਤੀ ਸੀ ਉਸ ਤੋਂ ਮੈਂ ਕਾਫੀ ਘੱਟ ਤਿਆਰੀ ਕੀਤੀ ਆ। ਇਸ ਕਰਕੇ ਮੈਨੂੰ ਲੱਗਦਾ ਵਾ ਵੀ ਮੈਨੂੰ ਜ਼ਿਆਦਾ ਤਿਆਰੀ ਕਰਨੀ ਚਾਹੀਦੀ ਆ ਅਗਲੀ ਵਾਰ ਤੋਂ। ਮੈਂ ਡੀਮੋਟੀਵੇਟ ਹੋ ਗਿਆ ਸੀਗਾ, ਪਰ ਮੇਰੇ ਮੰਮਾ ਨੇ ਮੈਨੂੰ ਕਿਹਾ ਵੀ ਇਮਰਾਜ ਇਸ ਵਾਰ ਤਾਂ ਸਿਰਫ ਇੱਕ ਟਰਾਇਲ ਸੀਗਾ, ਕਿਉਂਕਿ 5th ਤੋਂ ਪਲੱਸ 2 ਤੱਕ ਪੇਪਰ ਹੁੰਦਾ ਵਾ, ਤਾਂ ਬਸ 6th ਤੋਂ ਵਧੀਆ ਤਰ੍ਹਾਂ ਤਿਆਰੀ ਕਰਕੇ ਦਿਆ ਕਰਾਂਗੇ। ਚਲੋ ਫਿਰ ਅਗਲੀ ਵਾਰ ਤਾਂ ਆਪਾਂ ਵਧੀਆ ਤਿਆਰੀ ਕਰਾਂਗੇ। ਇਸ ਵਾਰ ਮੈਂ 4 ਸਬਜੈਕਟ ਇੰਗਲਿਸ਼ ਮੌਕ, ਮਤਲਬ ਇੰਗਲਿਸ਼ ਓਲੰਪੀਆਡ, ਮੈਥ ਓਲੰਪੀਆਡ, GK ਐਂਡ ਕਰੰਟ ਅਫੇਅਰ ਓਲੰਪੀਆਡ, ਅਤੇ ਜਿਹੜਾ ਸਾਇੰਸ ਓਲੰਪੀਆਡ, ਇੰਗਲਿਸ਼ ਓਲੰਪੀਆਡ, ਮੈਥ ਓਲੰਪੀਆਡ ਅਤੇ GK ਓਲੰਪੀਆਡ, ਇਹ 4 ਸਬਜੈਕਟਾਂ 'ਚ ਮੈਂ ਪਾਰਟੀਸਪੇਟ ਕਰ ਰਿਹਾ ਵਾਂ। ਅੱਜ ਸੀਗਾ ਸਾਡਾ ਫਾਈਨਲ ਪੇਪਰ, ਇਸ ਲਈ ਮੈਂ ਬਹੁਤ ਜ਼ਿਆਦਾ ਰਿਵੀਜ਼ਨ ਕੀਤੀ, ਇਸ ਲਈ ਮੈਂ ਸੁਬਹਾ ਜਲਦੀ ਉੱਠਿਆ ਸੀਗਾ। ਨਹੀਂ ਤਾਂ ਮੈਂ ਨੋਰਮਲੀ 4:30 'ਤੇ ਉੱਠਦਾ ਹੁੰਦਾ, ਅੱਜ ਮੈਂ 4 o'clock ਹੀ ਉੱਠ ਪਿਆ ਸੀਗਾ ਤਾਂ ਕਿ ਮੈਂ ਜਲਦੀ ਤੋਂ ਕੰਮ ਕਰ ਸਕਾਂ। ਕਈ ਚੀਜ਼ਾਂ ਸੀਗੀਆਂ ਜਿਹੜੀਆਂ ਮੈਨੂੰ, ਮੈਂ ਵੈਸੇ ਵੀ ਸੋਲਵ ਕਰਕੇ ਦੇਖਿਆ ਸੀ, ਮੈਨੂੰ ਕਈ ਚੀਜ਼ਾਂ ਲੱਗਦੀਆਂ ਸੀ ਜਿਹੜੀਆਂ ਮੈਨੂੰ ਨਹੀਂ ਆਉਂਦੀਆਂ। ਫਿਰ ਮੈਂ ਮੰਮਾ ਤੋਂ ਸਾਰਾ ਕੁਛ ਪੁੱਛਿਆ, ਅਤੇ ਉਹਨਾਂ ਨੇ ਮੇਰੇ ਸਾਰੇ ਡਾਊਟ ਕਲੀਅਰ ਕਰਤੇ, ਮਤਲਬ ਸਾਰੇ। ਅਤੇ ਫਿਰ ਮੈਂ ਮੈਥ ਦਾ ਥੋੜ੍ਹਾ ਸਮਝਿਆ ਉਹਨਾਂ ਤੋਂ, ਸਾਇੰਸ ਦਾ ਅਤੇ ਇੰਗਲਿਸ਼ ਅਤੇ ਮੈਥ ਜਿਹੜਾ ਸੀਗਾ GK, ਉਹ ਮੈਨੂੰ ਆਉਂਦਾ ਸੀ।